ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸੁਖਦੀਪ ਸਿੰਘ ਜੀ। ਕਿਹੜੇ ਪਿੰਡ ਤੋਂ? ਪਿੰਡ ਧੰਦਲ ਤੋਂ ਸਰਪੰਚ ਹੈ ਜੀ। ਮੇਰੀ ਵਾਈਫ ਸਰਪੰਚ ਹੈ। ਬਿਲਕੁਲ ਕੀ ਕਹਿਣਾ ਚਾਹੋਗੇ ਜਿਹੜੀ ਆ ਮੰਦਭਾਗੀ ਜਿਹੜੀ ਘਟਨਾ? ਬਹੁਤ ਮਾੜਾ ਮੰਦਭਾਗੀ ਹੋਇਆ ਜੀ, ਬਹੁਤ ਜ਼ਿਆਦਾ ਮਾੜਾ। ਸਭ ਤੋਂ ਨੇਕ ਸਭ ਤੋਂ ਸੁੱਚਾ ਬੰਦਾ ਸੀ ਪਿੰਡ 'ਚ ਸਾਡੀ ਜੀ। ਕਿਸੇ ਨਾਲ ਕੋਈ ਇਹਦੀ ਅਣਬਣ ਨਹੀਂ ਸੀ, ਕੁਛ ਵੀ ਨਹੀਂ ਸੀਗਾ ਜੀ। ਪਹਿਲਾਂ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ। ਮਾਤਾ ਜੀ ਨੇ ਬੜੇ ਔਖੇ ਹੋ ਕੇ ਪਾਲਿਆ ਇਹਨਾਂ ਨੂੰ ਜੀ। ਘਰ ਦੇ ਵਿੱਚ ਗਰੀਬੀ ਵੀ ਬਹੁਤ ਸੀਗੀ। ਹੁਣ ਇਹਨਾਂ 'ਤੇ ਵੀ ਪੈਸਾ ਬਹੁਤ ਲੱਗਾ ਆ, ਬਹੁਤ ਜ਼ਿਆਦਾ ਲੱਗਾ ਆ। ਉਹਨਾਂ ਨੇ ਆਪਣੇ NHS ਸੀਗੇ ਜਲੰਧਰ। ਕੀ ਕਾਰਨ ਕੀ ਬਣਿਆ, ਕੀ ਹੋਇਆ ਸੀ? ਇਹਨਾਂ ਦਾ ਕੋਈ ਗੱਡੀ ਤੋਂ ਝਗੜਾ ਹੋਇਆ ਸੀਗਾ ਜੀ, ਇੱਥੇ ਕਪੂਰਥਲੇ ਹੋਇਆ ਸੀਗਾ ਜੀ। ਕਿੱਥੇ ਹੋਇਆ ਝਗੜਾ? ਇਹ ਫਾਟਕ ਦੇ ਲਾਗੇ ਛਾਗੇ ਹੋਇਆ ਸੀਗਾ ਜੀ। ਕਿਹੜਾ ਪਿੰਡ ਸੀ? ਇੱਥੇ ਆਪਣਾ ਸਬਜ਼ੀ ਮੰਡੀ ਲਾਗੇ ਫਾਟਕ ਆ ਜੀ, ਕਾਲਾ ਸਿੰਘੀਆ ਫਾਟਕ। ਉੱਥੇ ਕੋਈ ਬਹਿਸ ਵਸਾਈਆ ਹੋਇਆ ਸੀਗਾ ਇਹਨਾਂ ਦਾ, ਸਾਈਡ ਸੂਟ ਤੋਂ ਹੋ ਗਿਆ ਸੀਗਾ ਜੀ। ਉਦੋਂ ਬਾਅਦ ਵਿੱਚ ਇਹਦੀ ਗੱਡੀ ਤਲਵੰਡੀ ਜਾ ਕੇ ਰੋਕੀ ਗਈ ਹੈ ਜੀ। ਕੁਛ ਪਿੰਡ ਵਾਲੇ ਵੀ ਸੀ, ਕੁਛ ਬਾਹਰ ਵਾਲੇ ਵੀ ਸੀਗੇ। ਜਿਹਨਾਂ ਨਾਲ ਇਹਦਾ ਬਹਿਸ ਵਸਾਈ ਆ, ਉਹਨਾਂ ਨੇ ਗੱਡੀ ਮੂਹਰੇ ਜਾ ਕੇ ਇਹਨੀ ਰੋਕੀ ਆ। ਰੋਕ ਕੇ ਤਾਂ ਇਹਨਾਂ ਨਾਲ ਕਾਫੀ ਕੁੱਟਮਾਰ ਹੋਈ ਆ। ਕਿੰਨੇ ਬੰਦੇ ਸੀਗੇ ਜੀ ਰੋਕਣ ਵਾਲੇ? ਰੋਕਣ ਵਾਲੇ ਤਾਂ ਕਾਫੀ ਸੀਗੇ ਜੀ, ਬਹੁਤ ਜ਼ਿਆਦਾ। ਸਾਰੇ ਦੱਸ ਰਹੇ, ਇੱਟਾਂ ਰੋੜੇ ਕਾਫੀ ਚੱਲੇ ਆ, ਬਹੁਤ ਕੁਛ ਹੋਇਆ ਜੀ ਉੱਥੇ। ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ, ਕੁਛ ਜਮਾਨਤ 'ਤੇ ਬਾਹਰ ਆਏ ਆ ਜੀ, ਉਹਨਾਂ ਨੂੰ ਵੀ ਅਰੈਸਟ ਦੁਬਾਰਾ ਕੀਤਾ ਜਾਵੇ। ਜਿਹੜੇ ਹਲੇ ਤੱਕ ਅਰੈਸਟ ਨਹੀਂ ਕੀਤੇ, ਸ਼ਾਇਦ ਪੰਜ ਕੁ ਜਾਣੇ ਅਰੈਸਟ ਹੋਏ ਆ, ਬਾਕੀ 13 ਜਾਣਿਆਂ 'ਤੇ 22 ਨੇ ਪਰਚਾ ਹੈ ਜੀ। ਬਾਕੀ ਹਲੇ ਤੱਕ ਕੋਈ ਅਰੈਸਟ ਨਹੀਂ ਹੋਇਆ। ਅਸੀਂ ਇਹ ਮੰਗ ਕਰਦੇ ਵੀ ਉਹਨਾਂ ਨੂੰ ਅਰੈਸਟ ਜਲਦੀ ਤੋਂ ਜਲਦੀ ਕੀਤਾ ਜਾਵੇ, ਔਰ ਜੇ ਉਹ ਅਰੈਸਟ ਨਾ ਹੋਏ, ਘਰ ਦੀ ਮੰਗ, ਸਾਡੇ ਪਿੰਡ ਵਾਲਿਆਂ ਦੀ ਮੰਗ, ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਫਿਰ ਧਰਨਾ ਲਾਵਾਂਗੇ। ਜੋ ਵੀ ਮਾਹੌਲ ਖਰਾਬ ਹੋਊਗਾ ਉਹ ਫਿਰ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ। ਕੋਈ ਸਮਾਂ ਦਿੱਤਾ ਜੀ ਪੁਲਿਸ ਪ੍ਰਸ਼ਾਸਨ ਨੂੰ? 2 ਦਿਨ ਦਾ ਜੀ। 2 ਦਿਨ ਦਾ? ਹਾਂਜੀ, 2 ਦਿਨ ਦਾ। 2 ਦਿਨ ਬਾਅਦ ਨਹੀਂ ਫੜੇ ਜਾਂਦੇ ਫਿਰ ਅਸੀਂ ਧਰਨਾ ਲਾਵਾਂਗੇ। ਜੋ ਵੀ ਸਾਡੇ ਕੋਲ ਹੋਇਆ ਅਸੀਂ ਉਹ ਕਰਾਂਗੇ, ਉਹਦੇ ਜ਼ਿੰਮੇਵਾਰ ਪ੍ਰਸ਼ਾਸਨ। ਇਹਦਾ ਜ਼ਿੰਮੇਵਾਰ ਕਿਹਨੂੰ ਸਮਝਦੇ ਆ ਕਿ ਜਿਹੜੇ ਇੰਨੀ ਦੇਰ ਹੋ ਗਈ ਘਟਨਾ ਹੋਈ ਨੂੰ ਅਤੇ ਪੁਲਿਸ ਪ੍ਰਸ਼ਾਸਨ ਨੇ ਜਿਹੜੇ ਰਹਿੰਦੇ ਮੁਜਰਮ ਸੀ ਉਹ ਫੜੇ ਗਏ, ਕਿਹਨੂੰ ਸਮਝਦੇ ਹੋ? ਇਹਦੇ ਵਿੱਚ ਪ੍ਰਸ਼ਾਸਨ ਦੀ ਅਣਗਹਿਲੀ ਵੀ ਹੋ ਸਕਦੀ ਹੈ। ਮੰਗ ਅਸੀਂ ਤਾਂ ਕਹਿੰਦੇ ਵੀ ਜਿਹੜਾ ਵੀ ਹੈ ਉਹਦੇ ਉਸ ਵਾਰਦਾਤ ਦੇ ਵਿੱਚ ਹੈਗਾ ਜੀ, ਕੋਈ ਵੀ ਹੈਗਾ ਆ, ਠੀਕ ਹੈ ਜੀ, ਉੱਥੇ ਪੂਰੀ ਦੀ ਪੂਰੀ ਕਾਰਵਾਈ ਹੋਣੀ ਚਾਹੀਦੀ ਆ। ਔਰ ਇੱਥੋਂ ਤੱਕ ਸੀਗਾ ਪਿੰਡ ਨੇ ਕਿਸੇ ਨੇ ਵੀ ਉਹਨਾਂ ਨੂੰ ਨਹੀਂ ਛਡਾਇਆ। ਕੁਛ ਸਾਡੇ ਇਲਾਕੇ ਦੇ ਬੰਦੇ ਸੀਗੇ ਉੱਥੇ ਜੀ, ਜਿਨ੍ਹਾਂ ਨੇ ਖੜ੍ਹ ਕੇ ਤਮਾਸ਼ਾ ਦੇਖਿਆ, ਕਿਸੇ ਨੇ ਉਹਦੀ ਹੈਲਪ ਨਹੀਂ ਕੀਤੀ ਵੀ ਤੁਸੀਂ ਉਹਨੂੰ ਬਚਾ ਲਓ ਜਾਂ ਉਹਦੇ ਸੱਟ ਵੱਜਣ ਦੀ ਆ, ਕੁਛ ਕਿਸੇ ਨੇ ਨਹੀਂ ਬਚਾਇਆ ਜੀ। ਪਰਮਜੀਤ ਸਿੰਘ ਜੀ, ਇਹ ਗੱਡੀ ਨੂੰ ਓਵਰਟੇਕ ਲੈ ਕੇ ਜੀ ਕੁਝ ਦਿਨ ਉਹ 3 ਕੁ ਮਹੀਨੇ ਪਹਿਲਾਂ, ਅਤੇ ਕੁਝ ਅਨਸਰ ਵੱਲੋਂ ਨਸ਼ੇ ਵਾਲਿਆਂ ਵੱਲੋਂ ਮੇਰੇ ਭਰਾ ਦੇ ਸੱਟਾਂ ਮਾਰੀਆਂ ਗਈਆਂ। ਜਦੋਂ 3 ਮਹੀਨੇ NHS ਇਲਾਜ ਚੱਲਦਾ ਰਿਹਾ, ਅਤੇ ਹੁਣ ਛੁੱਟੀ ਮਿਲ ਗਈ ਸੀ ਘਰ ਹੀ, ਅਤੇ ਉਸ ਤੋਂ ਬਾਅਦ ਉਹ ਪੂਰੇ ਹੋ ਜਾਂਦੇ ਆ। ਅਤੇ ਅਸੀਂ ਸਰਕਾਰ ਵੱਲੋਂ ਇਹੀ ਕਰਦੇ ਹਾਂ ਕਿ ਸਾਨੂੰ ਜਿਹੜਾ ਜਿਨ੍ਹਾਂ ਨੇ ਸੱਟਾਂ ਮਾਰੀਆਂ ਉਹਨਾਂ ਸਾਰਿਆਂ ਨੂੰ ਫੜਿਆ ਜਾਵੇ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ। ਉਹਨਾਂ ਚੱਕਰ ਅਸੀਂ ਸੰਸਕਾਰ ਨਹੀਂ ਉਹ ਕਰਨਾ, ਅਤੇ ਜਿੰਨਾ ਚੱਕਰ ਉਹ ਸਾਰੇ ਫੜੇ ਨਹੀਂ ਜਾਂਦੇ। ਬੰਦੇ 2-3 ਹੋਏ ਆ, ਉਹ ਤੋਂ ਬਾਅਦ ਜਮਾਨਤ 'ਤੇ ਬਾਹਰ ਆ ਗਿਆ ਜੀ। ਕਿੱਥੇ ਤੈਨਾਤ ਸੀਗੇ ਤੁਹਾਡੇ ਬ੍ਰਦਰ ਜਿਹੜੇ ਆ ਪੁਲਿਸ ਵਿੱਚ? ਉਹ ਕਪੂਰਥਲਾ CA ਸਟਾਫ ਹੈ ਜੀ। ਅਤੇ ਕਿਸ ਗੱਲ ਨੂੰ ਲੈ ਕੇ ਜਿਹੜਾ ਝਗੜਾ ਹੋਇਆ? ਕੁਝ ਗੱਡੀ ਦਾ ਕਰਕੇ, ਜਿੱਦਾਂ ਓਵਰਟੇਕ ਕਰਨ ਤੋਂ ਗੱਡੀ ਖੜ੍ਹੀ ਸੀ ਜੀ, ਉਸ ਤੋਂ ਬਾਅਦ ਮਾੜੀ ਮੋਟੀ ਗੱਲ ਹੋਈ, ਉਸ ਤੋਂ ਬਾਅਦ ਉਹ ਜ਼ਿਆਦਾ ਜਾਣੇ ਸੀ ਜੀ। ਉਹਨਾਂ ਨੇ ਬੇਸਬਾਲ ਦੇ ਨਾਲ ਸਿਰ ਦੇ ਵਿੱਚ ਇੱਟਾਂ ਮਾਰੀਆਂ, ਸੱਟਾਂ ਮਾਰੀਆਂ ਜੀ, ਇਕੱਲੇ ਨੂੰ ਦੇਖ ਕੇ ਜੀ। ਇਹੀ ਆ ਜੀ, ਉਹ ਸਾਰੇ ਫੜੇ ਹੋਣੇ ਚਾਹੀਦੇ ਆ ਜੀ, ਜੇਲ੍ਹ ਦੇ ਵਿੱਚ ਆ ਕੇ ਜਿਹੜੀ ਸਾਡੇ ਨਾਲ ਹੋਈ ਆ ਉਹ ਕਿਸੇ ਹੋਰ ਨਾਲ ਨਾ ਹੋਵੇ, ਅਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਇਹੀ ਆ ਜੀ। ਸਾਡੇ ਕੋਂਸਟੇਬਲ ਪਰਮਿੰਦਰ ਸਿੰਘ ਆ, ਜੋ ਕਿ ਪਿੰਡ ਧੰਦਲ ਤੋਂ ਬਿਲੋਂਗ ਕਰਦਾ ਸੀ, ਜੋ 15-10-22 ਦੀ ਗੱਲ ਆ, ਉਹਦੀ ਕੁੱਟਮਾਰ ਕੀਤੀ ਸੀ ਤਲਵੰਡੀ ਵਹਿਮਾ, ਤਾਂ 13 ਬੰਦਿਆਂ 'ਤੇ ਮੁਕੱਦਮਾ ਦਰਜ ਹੋਇਆ ਸੀ, ਜਿਸ 'ਚੋਂ 6 ਦੇ ਕਰੀਬ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਏ ਸੀ, ਜੋ ਪਰਮਿੰਦਰ ਦੀ ਅੱਜ ਦੌਰਾਨੇ ਇਲਾਜ ਜਿਹੜੀ ਸਵੇਰੇ ਮੌਤ ਹੋ ਚੁੱਕੀ ਹੈ। ਜੀ, 6 ਬੰਦੇ ਔਲਰੇਡੀ ਕਸਟਡੀ 'ਚ ਨੇ, ਬਾਕੀ ਜਿਹੜੇ 7 ਰਹਿੰਦੇ ਨੇ ਉਹਨਾਂ ਲਈ ਫਰਦਰ ਰੇਡਸ ਕੀਤੀਆਂ ਨੇ। ਹੁਣ ਅਸੀਂ ਇਹਦੇ ਵਿੱਚ ਵਾਧਾ ਜੁਰਮ 302 ਦਾ ਕਰ ਰਹੇ ਹਾਂ। 13 ਬੰਦਿਆਂ 'ਤੇ 22 ਨੇਮ ਪਰਚਾ ਦਰਜ ਹੈ ਜੀ, ਬਾਕੀ ਅਨਨੋਨ ਨੇ। ਨਹੀਂ ਜੀ, ਰੋਡ 'ਤੇ ਅਚਾਨਕ ਜਾਂਦਿਆਂ ਆਪਸ 'ਚ ਹੋ ਗਈ ਸੀ ਇਹਨਾਂ ਦੀ ਬਹਿਸ, ਉਹਦੇ ਦੌਲਤ 'ਤੇ ਮੁਕੱਦਮਾ ਦਰਜ ਹੋਇਆ ਜੀ। ਨਵੀਆਂ
ताज़ा खबरां देखने के लिए चैनल नूं सब्सक्राइब करो।